ਬਿਸਮਿਲ੍ਲਾ ਦੀ ਬਰਕਤ। ਅੱਜ ਮੈਂ ਬਣਾਵਾਂਗੀ ਰੰਗੀਨ ਸਲਾਦ। ਰੰਗੀਨ ਸਲਾਦ ਬਣਾਉਣ ਵਾਸਤੇ ਸਾਨੂੰ 2 ਚਮਚ ਹਰਾ ਧਨੀਆ ਚਾਹੀਦਾ, 1 ਚਮਚ ਚੁਕੰਦਰ ਚਾਹੀਦਾ, 1 ਚਮਚ ਪੁਦੀਨਾ ਚਾਹੀਦਾ, 2 ਚਮਚ ਸ਼ਿਮਲਾ ਮਿਰਚ ਚਾਹੀਦੀ ਹੈ, 3 ਚਮਚ ਬੰਦ ਗੋਭੀ ਚਾਹੀਦੀ ਹੈ, 3 ਚਮਚ ਮੂਲੀ ਚਾਹੀਦੀ ਹੈ, 2 ਚਮਚ ਗਾਜਰ ਚਾਹੀਦੇ ਨੇ, 1 ਤਲ ਚਾਹੀਦੀ ਹੈ, 1 ਲੀਮੂ ਚਾਹੀਦਾ, ਸਫੇਦ ਲੋਬੀਆ ਉਬਲਿਆ ਹੋਇਆ 3 ਚਮਚ ਚਾਹੀਦੇ ਨੇ, ਹਰੀਆਂ ਮਿਰਚਾਂ 1 ਚਮਚ ਪਿਆਜ਼ ਦਾ ਚਾਹੀਦਾ, ਚਿੱਲੀ ਸੋਸ 1 ਚਮਚ ਚਾਹੀਦਾ, ਸਿਰਕਾ 1 ਚਮਚ ਚਾਹੀਦਾ, ਸੋਇਆ ਸੋਸ 1 ਚਮਚ ਚਾਹੀਦਾ, ਚਾਟ ਮਸਾਲਾ 1 ਚਮਚ ਚਾਹੀਦਾ, ਕਾਲਾ ਨਮਕ 1 ਚਮਚ ਚਾਹੀਦਾ। ਚਲੋ ਫਿਰ ਬਣਾ ਲਈ। ਬੋਲ ਵਿੱਚ ਸਿਰਕਾ ਪਾ ਦਾਂਗੀ, ਸੋਇਆ ਸੋਸ ਪਾ ਦਾਂਗੀ, ਚਿੱਲੀ ਸੋਸ ਪਾ ਦਾਂਗੀ, ਚਾਟ ਮਸਾਲਾ ਅਤੇ ਨਮਕ ਪਾ ਦਾਂਗੀ, ਸਾਰੀਆਂ ਸਬਜ਼ੀਆਂ ਪਾ ਦਾਂਗੀ, ਸਭ ਸਬਜ਼ੀਆਂ, ਲੋਬੀਆ ਪਾ ਦਾਂਗੀ। ਮਸਾਲਾ ਸਲਾਦ ਵਿੱਚ ਮਿਕਸ ਹੋ ਗਿਆ, ਹੁਣ ਮੈਂ ਲੀਮੂ ਦਾ ਜੂਸ ਪਾ ਦਾਂਗੀ। ਜੀ ਰੰਗੀਨ ਸਲਾਦ ਸਾਡਾ ਤਿਆਰ ਹੋ ਗਿਆ, ਹੁਣ ਮੈਂ ਤੁਹਾਨੂੰ ਡਿਸ਼ ਆਊਟ ਕਰਕੇ ਦਾਂ। ਬੇਟਾ ਜੀ ਰੰਗੀਨ ਸਲਾਦ ਮੈਂ ਡਿਸ਼ ਆਊਟ ਕਰਤਾ, ਤੁਸੀਂ ਵੀ ਇਸ ਤਰ੍ਹਾਂ ਬਣਾਉਣਾ। ਦੁਆਵਾਂ 'ਚ ਯਾਦ ਰੱਖਣਾ। ਅੱਲਾ ਹਾਫਿਜ਼।